ਬਿਆਨ ਅਜਾਨੇ ਜਗਤਾਰ ਸਿੰਘ ਜੱਗਾ ਵਲਦ ਗੱਲ ਸੁਣਾ ਜਨਾਬ, ਜਿਹੜੀਆਂ ਚੈਨੀਆਂ ਖੋਣ ਵਾਲੀਆਂ ਵਾਰਦਾਤਾਂ ਸੀ ਉਹਨਾਂ ਦੀ ਐਫ ਆਈ ਆਰ ਕਿੱਥੇ ਆ ਜਨਾਬ? ਉਹ ਤਾਂ ਤੁਹਾਨੂੰ ਪਤਾ ਉਦਾਂ ਹੀ ਮਾਮਲਾ ਨਿਬੜ ਗਿਆ ਸੀ ਨਾ, ਤੇ ਉਹ ਜੇਬ ਕਤਰਾ ਜਿਹੜਾ ਗੁਰਦੁਆਰੇ ਕੋਲ ਫੜਿਆ ਸੀ ਜਨਾਬ, ਤੁਸੀਂ ਇਹ ਮਨਾ ਕੀਤਾ ਸੀ ਉੱਥੇ ਪਰਚਾ ਪਾਉਣ ਨੂੰ, ਤੁਹਾਡੇ ਪਿੰਡ ਰਿਸ਼ਤੇਦਾਰੀ ਚੋਂ ਨਿਕਲੇ ਸੀ ਉਹਦੀ। ਤੇ ਜਿਹੜਾ ਦਾਰੂ ਦਾ ਢੋਲ ਫੜਿਆ ਸੀ ਉਹ? ਜਨਾਬ 1.5 ਮਹੀਨਾ ਹੋ ਗਿਆ ਉਹ ਢੋਲ ਚੱਲਦਿਆਂ ਨੂੰ, ਜੇ ਕਿਤੇ ਕਾਗਜ਼ਾਂ 'ਚ ਪਾ ਦਿੰਦੇ ਨਾ ਸੀਲ ਕਰਕੇ ਮਾਲਖਾਨੇ ਜਮ੍ਹਾਂ ਕਰਾਉਣਾ ਪੈਣਾ ਸੀ। ਕੀ ਗੱਲ, ਅੱਜ ਤਾਂ ਗੱਲ ਹੀ ਨਹੀਂ ਭੁੰਜੇ ਪੈਣ ਦੇ ਰਿਹਾ। ਜਨਾਬ ਇਦਾਂ ਦੀ ਤਾਂ ਕੋਈ ਗੱਲ ਨਹੀਂ ਜੀ, ਮੈਂ ਤਾਂ ਆਪਣਾ ਕੰਮ ਹੀ ਕੀਤਾ ਹੈ। 4-4 ਸਾਲ ਪੁਰਾਣੇ ਕੇਸਾਂ ਦੀਆਂ ਫਾਈਲਾਂ ਅਧੂਰੀਆਂ ਪਈਆਂ ਨੇ, ਉਹ ਦੇਖ ਕੇ ਕਦੇ ਕੰਮ ਨਹੀਂ ਚੇਤੇ ਆਇਆ ਤੁਹਾਨੂੰ? ਉਦੋਂ ਤੁਸੀਂ ਨਹੀਂ ਨਾ ਹੁੰਦੇ ਸੀ ਇਸ ਥਾਣੇ ਦੇ ਵਿੱਚ ਮੈਡਮ ਜੀ, ਤੇ ਹੋਰ ਕਿਸੇ ਨੂੰ ਤਾਂ ਕੇਸ ਹੱਲ ਹੀ ਨਹੀਂ ਕਰਨਾ ਹੁੰਦਾ। ਗੱਲ ਸੁਣ, ਮੁੱਕਦੀ ਗੱਲ ਇਹ ਆ ਵੀ ਆ ਜੱਗੇ ਵਾਲੀ ਫਾਈਲ ਤੇ ਤੂੰ ਫਟਾਫਟ ਐਫ ਆਈ ਆਰ ਕਰਤੀ, ਬਾਕੀ ਐਫ ਆਈ ਆਰ ਕਿੱਥੇ ਆ? ਜਨਾਬ ਇਹ ਤਾਂ ਕਰਨੀ ਪੈਣੀ ਸੀ ਨਾ, ਆਪ ਇੰਨੇ ਬੰਦੇ ਭੇਜੇ ਤੁਸੀਂ ਉੱਥੋਂ, ਸਾਰਿਆਂ ਨੇ ਆ ਕੇ ਮੈਨੂੰ ਕਿਹਾ, ਕਹਿੰਦੇ SHO ਸਾਹਿਬ ਨੇ ਆਪ ਇਹਨੂੰ ਉੱਥੇ ਲੰਬੜਦਾਰਾਂ ਦੇ ਵਿਆਹ 'ਚ ਜਨਰੇਟਰ 'ਚੋਂ ਤੇਲ ਚੋਰੀ ਕਰਦੇ ਨੂੰ ਫੜਿਆ। ਤੇਲ ਦੀ ਬਰਾਮਦਗੀ ਕਿੱਥੇ ਆ? ਉਹ ਕਿਉਂ ਨਹੀਂ ਪਾਈ? ਉਹ ਕਿੱਥੇ ਆ? ਪਾਈ ਆ ਜਨਾਬ, ਉਹ ਮੈਡਮ ਉਹਨਾਂ ਦੀ ਸਕੂਟਰੀ ਦੀ ਟੈਂਕੀ ਨਹੀਂ ਸਾਫ਼ ਕਰਾਈ ਸੀ, ਉਹ ਰਲਿਆ ਮਲਿਆ ਜਿਹਾ ਪਿਆ ਸੀ ਉਹ ਪਾਤੀ। ਸਾਲਾ ਹੁਣ ਤੇ ਚੂਹਿਆਂ ਦੇ ਰਜਿਸਟਰ ਪੜਨ ਵਾਲਾ ਕੁੱਤਰਨ ਵਾਲਾ ਬਹਾਨਾ ਵੀ ਨਹੀਂ ਚੱਲਣਾ, ਇਹਦੀ ਰਾਖੀ ਲਈ ਵੀ ਕਿਸੇ ਦੀ ਡਿਊਟੀ ਲਾਉਣੀ ਪੈਣੀ ਹੈ। ਉਹ ਲਾ ਦਿਓ ਜਨਾਬ ਤੁਸੀਂ ਜਿਹਦੀ ਲਾਉਣੀ, ਮੈਂ ਥੋੜਾ ਜਿਹਾ ਕੰਮ ਨਿਬੇੜ ਲਵਾਂ, ਸ਼ਾਇਦ ਇਹਦਾ ਕੱਲ ਨੂੰ ਮੈਡੀਕਲ ਵੀ ਕਰਾਉਣਾ ਪਵੇ। ਜਾ ਕੰਮ ਨਿਬੇੜ ਲਾ। ਬੜਾ ਕੰਮ ਆ ਬਣ ਗਿਆ ਸਾਲਾ, ਨਵਾਂ ਸਿਆਪਾ ਪਾ ਕੇ ਰੱਖਤਾ, ਹੁਣ ਇਹਦਾ ਕੰਮ ਕੌਣ ਨਿਬੇੜੂਗਾ? ਕੌਣ ਇਹਦਾ ਤੋਰੀ ਫੁਲਕੇ ਤੇ ਰੋਟੀ ਪਾਣੀ ਦਾ ਖਿਆਲ ਰੱਖੂ? ਜਨਾਬ ਰੋਟੀ ਪਾਣੀ ਤੇ ਤੋਰੀ ਫੁਲਕਾ ਤਾਂ ਕੋਈ ਵੀ ਕਰ ਲੂ, ਅਗਲਾ TV ਮੰਗਦਾ ਹਵਾਲਾ 'ਚ, ਉਹ ਕੌਣ ਲਾਊ? ਜਨਾਬ ਮੱਠੀ ਜੀ। ਤੇਜਿਆ ਤੂੰ ਢਿੱਲਾ ਹੋ ਗਿਆ ਓਏ, ਤੇਰੀ ਮੱਠੀ ਡੀਕਦੇ ਦੀ ਮੇਰੀ ਚਾਹ ਠੰਡੀ ਹੋ ਗਈ, ਕਿਤੇ ਪਰਚਾ ਨਾ ਪਾਉਣਾ ਪੈ ਜਾ ਦਿੱਤੇ। ਪਰਚਾ ਜਨਾਬ? ਬਖਸ਼ ਮਹਾਰਾਜ, ਇਹ ਤਾਂ ਉਈ ਹੋ ਜਾਂਦਾ ਜੀ ਕਦੇ ਕਦੇ, ਅੱਗੇ ਤੋਂ ਨਹੀਂ ਦੇਰ ਹੁੰਦੀ। ਨਹੀਂ ਕਰੇਗਾ ਤਾਂ ਚੰਗਾ ਰਹੇਗਾ, ਸਮਝ ਗਿਆ ਨਾ? ਜਨਾਬ ਸਮਝ ਤਾਂ ਮੈਂ ਇਹ ਵੀ ਗਿਆ ਵੀ ਜਿਹੜਾ ਕਰੂਸ਼ੀਅਲ ਜਿਹਾ ਮਾਹੌਲ ਤੁਸੀਂ ਜਾਣ ਕੇ ਬਣਾਇਆ ਨਾ, ਉਹ ਚੱਲ ਨਿਕਲੇ ਤੂੰ ਵੱਡਾ ਸਮਝਦਾਰ। ਸਾਲਾ ਦੋ ਮੱਠੀਆਂ ਦੇਣ ਪਿੱਛੇ ਕਿਤੇ ਕਿਤੇ CID ਅਫਸਰ ਹੀ ਬਣ ਜਾਂਦਾ। ਤੈਨੂੰ ਪਤਾ ਤੈਨੂੰ ਬਾਹਰ ਕਿਉਂ ਕੱਢਿਆ ਇੱਥੋਂ? ਬਾਹਰ ਤਾਂ ਮੈਂ ਆਪ ਨਿਕਲਿਆ, ਪਰ ਤੁਹਾਡਾ ਛੋਟਾ ਥਾਣੇਦਾਰ ਤਾਂ ਹਵਾਲਾਤ ਦੇ ਤਾਲੇ 'ਚ ਆਪਣੀ ਚਾਬੀ ਫਸਾ ਕੇ ਬਹਿ ਗਿਆ, ਮੈਂ ਆਪ ਖੋਲ ਕੇ ਬਾਹਰ ਨਿਕਲਿਆ। ਬਕਵਾਸ ਬੰਦ ਕਰ, ਗੱਲ ਸੁਣ ਮੇਰੇ, ਸਾਡੇ ਮੁਨਸ਼ੀ ਕੋਲ ਨਾ ਤੇਰੇ ਤੇ ਪਰਚਾ ਬਹੁਤ ਭਾਰੀ ਪੈ ਗਿਆ ਹੈ, ਜੇ ਪੇਸ਼ ਹੋਣਾ ਪਵੇ ਤਾਂ ਤੈਨੂੰ 6-7 ਮਹੀਨੇ ਤੋਂ ਥੱਲੇ ਤੋਂ ਅੰਦਰ ਨਹੀਂ ਜਾਣਾ। ਉਹਦੇ ਲਈ ਤੈਨੂੰ ਇੱਕ ਮੌਕਾ ਦੇਣਾ, ਫਰਾਰ ਹੋ ਜਾ, ਕੋਈ ਕੁਝ ਨਹੀਂ ਕਹਿੰਦਾ ਤੈਨੂੰ, ਜਾ। ਹੋ ਗਈ ਤੁਹਾਡੀ ਗੱਲ, ਹੁਣ ਮੇਰੀ ਸੁਣੋ, ਚੁੱਪ ਕਰਕੇ ਨਾ TV ਲਵਾਓ ਮੇਰੇ ਹਵਾਲਾਤ ਦੇ ਵਿੱਚ, ਤੇ ਨਾਲੇ ਮੇਰੀ ਰੋਟੀ ਆ ਬਖਸ਼ੀ ਦੇ ਢਾਬੇ ਤੋਂ ਮੰਗਵਾਇਆ ਕਰੋ। ਉਹ ਤੂੰ SHO ਸਾਹਿਬ ਦੀ ਹਰੇਕ ਗੱਲ ਦਾ ਪੁੱਠਾ ਜਵਾਬ ਦਿੰਦਾ, ਤੇਰਾ ਕੋਈ ਸਕਰੂ ਤਾਂ ਢਿੱਲਾ ਓਏ? ਓਏ ਮੇਰੇ ਸਕਰੂ ਤੇ ਪੁਰਜੇ ਨਾ ਸਭ ਠੀਕ ਆ, ਮੈਨੂੰ ਭਲਾ ਤੁਹਾਡਾ ਪਤਾ ਨਹੀਂ? ਮੇਰੀ ਪਿੱਠ 'ਚ ਗੋਲੀ ਮਾਰ ਕੇ ਮੁਕਾਬਲਾ ਬਣਾਉਣ ਨੂੰ ਫਿਰਦੇ ਹੋ? ਉਹ ਜੱਗੇ ਜੱਟ ਦੀ ਜਾਨ ਨਾ ਤੁਹਾਡੇ ਮੋਢੇ 'ਤੇ ਲੱਗੇ 17 ਤੋਂ ਸਸਤੀ ਨਹੀਂ ਹੈਗੀ, ਇੰਨੀ ਛੇਤੀ ਨਹੀਂ ਦਿੰਦਾ ਤੁਹਾਨੂੰ ਮੈਂ ਪ੍ਰਮੋਸ਼ਨ ਦਾ ਮੌਕਾ। LCD ਲਵਾ ਦਿੰਦੇ ਆ ਜਨਾਬ, ਆ TV ਵਾਲਾ ਮਸਲਾ ਕੀ ਹੈ? ਮੈਨੂੰ ਕੀ ਪਤਾ, ਆਪਣੇ ਕੁਝ ਲੱਗਦੇ ਨੂੰ ਪੁੱਛੋ ਦੋਵੇਂ ਜਾ ਕੇ, ਹੈਂ? ਜੇ ਮੰਨਦਾ ਸਿੱਧੀ ਤਰ੍ਹਾਂ ਤਾਂ ਠੀਕ ਹੈ, ਨਹੀਂ ਤਾਂ ਸਾਲੇ ਨੂੰ ਛਿੱਤ ਮਾਰ ਮਾਰ ਕੇ ਭਜਾਓ ਇੱਥੋਂ। ਠੀਕ ਹੈ ਜਨਾਬ, ਜਾਓ।